महिला कमिशन के चेयरपर्सन अहदे नूं लैके सरकार ने यूटर्न लिया है। हाई कोर्ट च पंजाब सरकार ने मनीषा गुलाटी नूं अहदे तों हटाउण दा फैसला लिया सी, पर उधर कैबिनेट मंत्री कुलदीप धालीवाल ने कहा है कि मनीषा गुलाटी खिलाफ फैसले ते कोई यूटर्न नहीं है। हाई कोर्ट दे हुक्मां मुताबक कागज़ पूरे करके मुड़ कार्रवाई करांगे। मनीषा गुलाटी नूं महिला कमिशन के चेयरपर्सन अहदे तों हटाया जाएगा। काम चंगा न करन नूं लैके सीएम मान ने मनीषा गुलाटी के खिलाफ एक्शन लिया सी ते हुण वी सारी कागजी कार्रवाई ते तत्थ पूरे करके हाई कोर्ट च जमा करवा के महिला कमिशन के अहदे तों मनीषा गुलाटी नूं हटाया जाएगा। ਤੁਸੀਂ ਦੇਖਿਆ ਉਹਨੂੰ ਸਹੀ ਢੰਗ ਨਾਲ ਸਾਡੇ ਐਡਵੋਕੇਟ ਜਨਰਲ ਨੇ ਕੀ ਕਿਹਾ, ਹਾਈ ਕੋਰਟ ਨੇ ਕਿਹਾ ਕਿ ਜਦੋਂ ਤੁਸੀਂ ਲਾਇਆ ਇਹਦਾ ਕੁਛ ਗਰਾਊਂਡ ਪੂਰੀ ਤਿਆਰ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਲਓ ਜੀ ਇਹਦੇ ਜਿਹੜਾ ਰਹਿੰਦਾ ਉਹ ਗਰਾਊਂਡ ਤਿਆਰ ਕਰ ਦਿੰਦੇ। ਇੰਨੀ ਗੱਲ ਹੈ, ਹੋਰ ਕੀ ਹੈ? ਲਾ ਤੁਹਾਨੂੰ ਲਾਵਾਂਗੇ, ਕਿਉਂ ਨਹੀਂ ਲਾਵਾਂਗੇ? ਅਸੀਂ ਹਾਈ ਕੋਰਟ ਦੀ ਮਾਨਯੋਗ ਹਾਈ ਕੋਰਟ ਦੀ ਰਿਸਪੈਕਟ ਕਰਦੇ ਹਾਂ, ਇੱਜ਼ਤ ਕਰਦੇ ਹਾਂ। ਹਾਈ ਕੋਰਟ ਨੇ ਜੋ ਡਾਇਰੈਕਸ਼ਨ ਦਿੱਤੀ ਹੈ ਉਹ ਪੇਪਰ ਪੂਰੇ ਕਰਕੇ ਦੁਬਾਰਾ ਕਾਰਵਾਈ ਕਰ ਰਹੇ। ਇਹੀ ਇਲਜ਼ਾਮ ਮਨੀਸ਼ਾ ਗੁਲਾਟੀ ਔਰ ਉਹਨਾਂ ਦੇ ਐਡਵੋਕੇਟ ਲਗਾ ਰਹੇ ਨੇ ਕਿ ਜੋ ਐਲੀਜੀਬਿਲਟੀ ਹੈ ਜਾਂ ਫੰਕਸ਼ਨਿੰਗ ਹੈ ਉਸ ਦੇ ਬੇਸਿਸ ਤੇ ਨਹੀਂ ਹਟਾਇਆ ਜਾ ਰਿਹਾ, ਸਿਰਫ ਇਹ ਕਿ ਸਰਕਾਰ ਹਟਾਉਣਾ ਚਾਹੁੰਦੀ ਹੈ, ਇੱਕ ਵੈਂਡੇਟਾ ਹੈ। ਸਰ ਉਹਨਾਂ ਦੇ ਕਹਿਣ ਨਾਲ ਥੋੜੀ ਗੱਲ ਬਣੂਗੀ, ਉਹ ਤਾਂ ਸੀਐਮ ਸਾਹਿਬ ਨੇ ਦੇਖਣਾ ਕਿ ਪੰਜਾਬ ਦੇ ਵਿੱਚ ਕਿਹੜਾ ਮੰਤਰੀ, ਕਿਹੜਾ ਸਾਡਾ ਚੇਅਰਮੈਨ, ਕਿਹੜਾ ਸਹੀ ਕੰਮ ਕਰ ਰਿਹਾ, ਕਿਹੜਾ ਨਹੀਂ ਕਰ ਰਿਹਾ। ਜੋ ਸੀਐਮ ਸਾਹਿਬ ਨੂੰ ਲੱਗਦਾ ਹੈ ਕਿ ਨਹੀਂ ਕਰ ਰਹੇ ਤੇ ਤਾਂ ਹੀ ਉਹਨਾਂ ਨੂੰ ਚੇਂਜ ਕੀਤਾ। ਜੋ ਹਾਈ ਕੋਰਟ ਨੇ ਦੁਬਾਰਾ ਗਰਾਊਂਡ ਤਿਆਰ ਕਰ ਲਈ, ਜਿਹੜੇ ਚੀਜ਼ਾਂ ਮੰਗੀਆਂ ਉਹ ਸਾਡੇ ਐਡਵੋਕੇਟ ਜਨਰਲ ਸਾਹਿਬ ਦੇਣਗੇ। ਹਾਂ, ਕੋਈ ਇੱਦਾਂ ਦੀ ਗੱਲ ਨਹੀਂ, ਅਸੀਂ ਯੂਟਰਨ ਨਹੀਂ ਕੀਤਾ, ਕੋਈ ਬਿਲਕੁਲ ਨਹੀਂ, ਅਸੀਂ ਕਦੇ ਯੂਟਰਨ ਨਹੀਂ ਕੀਤਾ। ਸਾਡੀ ਸਰਕਾਰ ਦਾ ਫੈਸਲਾ ਬਿਲਕੁਲ ਠੀਕ ਸੀਗਾ ਔਰ ਦੁਬਾਰਾ ਹਾਈ ਕੋਰਟ ਜੋ ਸਾਡੇ ਕੋਲ ਪੇਪਰ ਮੰਗਦੀ ਉਹ ਆਪਾਂ ਕਰਦੇ, ਕੋਈ ਗੱਲ ਨਹੀਂ।